पंजाबी ट्रेडिशन नाल तुसी जुड़े हो ते मैं जस्सी बड़ैच ते अज 25 अक्टूबर ते फिल्म अज रिलीज़ हो चुकी है जी चोर दिल। एक वक्रा जहा कॉन्सैप्ट आ, ट्रेलर आप सारे ने वेख लिया, एक्साइटमेंट बनी आ फिल्म वेखण की कि क्यों जा की कुछ होने वाला, क्योंकि चोर दिल ने की चोरियाँ करनियां ने वेखण वाली गल तो हैगी। आप फिल्म वेखते हैं तो फिल्म की स्टारकास्ट भी इतने पहुंची है, उन्होंने भी गलबात करा, बने रहो मेरे नाल। ਅਸੀਕਾਲ ਭਾਈ, ਬਹੁਤ ਕਮਾਲ ਦਾ ਕਨਸੈਪਟ, ਤੁਹਾਡੀ ਕੀ ਫੀਲਿੰਗ ਹੈ ਫਿਲਮ ਦੇਖਣ ਤੋਂ ਬਾਅਦ? ਮੈਂ ਕਹਿੰਦਾ ਆਡੀਅנס ਨੂੰ ਪੁੱਛੋ ਜ਼ਿਆਦਾ ਯਾਰ, ਆਡੀਅנס ਨੇ ਬਾ ਕਮਾਲ ਦਾ, ਤੁਹਾਡੇ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਹਮੇਸ਼ਾ। ਥੈਂਕ ਯੂ ਭਾਈ, ਚੰਗਾ ਤੁਸੀਂ ਵਧੀਆ ਕੀਤਾ ਜਾਂਦਾ। ਥੈਂਕ ਯੂ ਵੀਰੇ, ਥੈਂਕ ਯੂ, ਵਧੀਆ ਲੱਗਿਆ, ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ, ਸੋ ਗੁੱਡ ਲੱਗਿਆ, ਨਵਾਂ ਕਨਸੈਪਟ ਹੈ ਥੋੜਾ ਜਿਹਾ, ਤੇ ਉਸ ਹਿਸਾਬ ਨਾਲ ਉਹਨਾਂ ਨੇ ਠੀਕ ਕੰਮ ਕਰਿਆ। ਆਪਣੇ ਆਪ ਨੂੰ ਕਦੇ ਜੱਜ ਕਰਦੇ ਹੁੰਦੇ ਹੋ ਜਦੋਂ ਕਿਰਦਾਰ 'ਚ ਹੁੰਦੇ ਹੋ ਵੀ ਯਾਰ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਸੀ, ਕਹਾਣੀ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ? ਹਾਂ, ਹੁਣ ਬੈਠਾ ਜੱਜ ਹੀ ਕਰ ਰਿਹਾ ਸੀਗਾ। ਸੋ ਉਹ ਤਾਂ ਹਮੇਸ਼ਾ ਹੀ ਰਹਿੰਦੀ ਹੈ, ਕੰਮ ਵਧੀਆ ਹੋਣ ਦੀ ਜਿਹੜੀ ਹੋਪ ਹੈ ਹਮੇਸ਼ਾ ਰਹਿੰਦੀ ਹੈ। ਸੋ ਜਦੋਂ ਆਪਾਂ ਦੇਖਦੇ ਹਾਂ ਫਾਈਨਲ ਪ੍ਰੋਜੈਕਟ, ਸੋ ਚੀਜ਼ਾਂ ਦਾ ਪਤਾ ਲੱਗਦਾ, ਕਿਉਂਕਿ ਤੁਸੀਂ ਆਪ 100 ਵਾਰ ਦੇਖ ਚੁੱਕੇ ਹੁੰਦੇ ਹੋ, ਉਦੋਂ ਪਤਾ ਨਹੀਂ ਲੱਗਦਾ। ਸੋ ਮੈਂ ਤਾਂ ਹਮੇਸ਼ਾ ਕੋਈ ਵੀ ਕੰਮ ਹੋਵੇ ਉਸ ਤੋਂ ਬਾਅਦ ਦੇਖਦੇ ਹੀ ਦੇਖਦਾ। ਆਪਣੇ ਆਪ ਨੂੰ ਇੱਦਾਂ ਹੁੰਦਾ ਯਾਰ ਆਹ ਥੋੜ੍ਹੀ ਜਿਹੀ ਇੱਥੇ ਕਮੀ ਰਹੇਗੀ, ਗਾਹਾਂ ਵਾਸਤੇ ਇੱਦਾਂ ਥੋੜ੍ਹੀ, ਇੱਦਾਂ ਨਹੀਂ ਇੱਦਾਂ ਕਰਨਾ। ਹਾਂ, ਉਹੀ ਨੋਟ ਕਰ ਰਹੇ ਸੀਗੇ। ਸੋ ਹਮੇਸ਼ਾ ਹੀ ਰਹਿੰਦਾ ਵੀਰੇ ਕੰਮ, ਜਦੋਂ ਕਰ ਰਹੇ ਹੁੰਦੇ ਆ ਉਦੋਂ ਪ੍ਰੈਸ਼ਰਸ ਬਹੁਤ ਜ਼ਿਆਦਾ ਹੁੰਦੇ। ਸਵਾਲ ਮੈਂ ਤਾਂ ਪੁੱਛਿਆ, ਤੁਸੀਂ ਸਿਨੇਮਾ ਲਵਰ ਹੋ, ਜੇ ਕੋਈ ਚੀਜ਼ ਗਲਤ ਹੁੰਦਾ ਤੁਸੀਂ ਸਿੱਧਾ ਕਹਿ ਦੋਗੇ ਇੱਥੇ ਗਲਤ? ਹਾਂ ਹਾਂ ਹਾਂ, ਇਹ ਬਿਲਕੁਲ ਸਹੀ ਆ, ਉਹ ਤੁਸੀਂ ਦੇਖਦੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੈ ਨਾ। ਸੋ ਉਹ ਨੋਟਸ ਹਮੇਸ਼ਾ ਹੀ ਰਹਿੰਦੇ ਆ ਆਪਣੇ ਕੋਲ, ਇਹ 'ਚ ਵੀ ਬਣਾਏ ਨੇ। ਚਲੋ ਥੈਂਕ ਯੂ ਭਾਈ, ਥੈਂਕ ਯੂ। ਕਿੱਦਾਂ ਲੱਗੀ ਫਿਲਮ? ਵਧੀਆ ਫਿਲਮ ਹੈ ਜੀ, ਬਹੁਤ ਵਧੀਆ, ਬਹੁਤ ਸਾਰਿਆਂ ਦਾ ਬਹੁਤ ਸੋਹਣਾ ਕੰਮ ਹੈ ਬਈ, ਬਹੁਤ ਵਧੀਆ ਐਕਟਰ ਹੈ, ਉਹਦੇ ਬਾਰੇ ਕਹਿਣ ਦੀ ਕੋਈ ਲੋੜ ਹੀ ਨਹੀਂ, ਬਹੁਤ ਅੱਛਾ। ਦੇਖੋ, ਕੋਈ ਵੀ ਪੰਜਾਬੀ ਫਿਲਮ ਹੁੰਦੀ ਹੈ ਜ਼ਰੂਰ ਦੇਖੋ ਜਾ ਕੇ, ਹੈ ਨਾ, ਉਹਨੂੰ ਸਪੋਰਟ ਕਰਨੀ ਚਾਹੀਦੀ ਆ। ਅਤੇ ਹਰੇਕ ਫਿਲਮ ਸੇਮ ਨਹੀਂ ਹੁੰਦੀ, ਹਰੇਕ ਅਲੱਗ ਸਟੋਰੀ ਹੁੰਦੀ ਆ। ਅਤੇ ਜੰਗਵੀਰ ਨੇ ਬਹੁਤ ਵਧੀਆ ਕੌਨਸੈਪਟ ਅਤੇ ਫਿਲਮ ਬਣਾਈ ਆ, ਅਤੇ ਐਂਟਰਟੇਨਮੈਂਟ ਹੈਗੀ ਹੈ ਪੂਰੀ। ਅਤੇ ਮੈਂ ਤਾਂ ਕਹਿੰਦਾ ਜ਼ਰੂਰ ਪੰਜਾਬੀ ਫਿਲਮ ਦੇਖੋ। ਫੀਲਿੰਗ ਇੱਦਾਂ ਵੀ ਬਹੁਤ ਪਿਆਰ ਦਿੱਤਾ ਸਾਰਿਆਂ ਨੇ, ਆਡੀਅੰਸ ਨੇ, ਸਾਰਾ ਕੁਛ ਵਧੀਆ, ਐਕਟਰਸ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਆ। ਅਤੇ ਚਲੋ, ਅਸੀਂ ਜਦੋਂ ਬਣਾਉਂਦੇ ਸੀ ਉਦੋਂ ਹੋਰ ਗੱਲ ਸੀ, ਹੁਣ ਜਦੋਂ ਫਾਈਨਲ ਪ੍ਰਿੰਟ ਦੇਖਿਆ ਆ ਥੀਏਟਰ ਦੇ ਵਿੱਚ, ਉਹ ਇਹ ਟੋਟਲੀ ਵੱਖਰਾ ਹੈ, ਬਿਲਕੁਲ 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 ਔਸਮ ਔਸਮ ਐਕਸਪੀਰੀਅੰਸ, ਬਹੁਤ ਵਧੀਆ ਲੱਗਿਆ। ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸੰਗਰੂਰ ਵਾਲੇ? ਬਹੁਤ ਵਧੀਆ ਫੀਲ ਹੋ ਰਿਹਾ ਕਿ ਬਚਪਨ ਦਾ ਡ੍ਰੀਮ ਸੀ ਅਤੇ ਹੁਣ ਪੂਰਾ ਹੋਣ ਜਾ ਰਿਹਾ। ਸਭ ਦੇਖ ਰਹੇ ਸੀ, ਸਾਰੀ ਆਡੀਅੰਸ ਦੇ ਰਿਐਕਸ਼ਨਸ ਮੈਂ ਦੇਖ ਰਹੀ ਸੀ, ਹੂਟਿੰਗ ਹੋ ਰਹੀ ਸੀ ਕਿ ਸੀਨ 'ਤੇ ਸਾਰੇ ਹੱਸ ਰਹੇ ਸੀ, ਕੋਈ ਵੀ ਧੱਕੇ ਨਾਲ ਹੱਸਦਾ ਹੋਇਆ ਮੈਨੂੰ ਨਹੀਂ ਦਿਖਿਆ ਪੂਰੀ, ਕਿਉਂਕਿ ਸਿਚੁਏਸ਼ਨਲ ਕਾਮੇਡੀ ਸੀਗੀ। ਸੋ ਯਾ, ਆਈ ਐਮ ਇੰਜੋਇੰਗ। ਫਿਲਮ ਦੀ ਬੈਸਟ ਫਿਲਮ ਆ, ਅੱਛੀ ਫਿਲਮ ਆ, ਹੈ ਨਾ, ਪਰ ਤੁਹਾਡੇ ਲਈ ਮੂਵਮੈਂਟ ਬਹੁਤ ਜ਼ਿਆਦਾ ਹੋਣਿਆ, ਹੈ ਨਾ, ਕਿ ਤੁਹਾਡਾ ਮੈਨੂੰ ਲੱਗਦਾ ਫਿਲਮ 'ਚ ਧਿਆਨ ਘੱਟ ਹੁੰਦਾ, ਆਡੀਅੰਸ ਵੱਲ ਵੱਧ ਹੁੰਦਾ ਯਾਰ, ਵੀ ਜਦ ਮੈਂ ਆਹ ਸੀਨ ਫਿਲਮਾ ਰਹੀ ਹਾਂ ਤਾਂ ਆਡੀਅੰਸ ਦਾ ਕੀ ਰਿਐਕਸ਼ਨ ਆ, ਹੈ ਨਾ, ਉਹ ਤੁਸੀਂ ਫੀਲ ਕਰਦੀ ਜੱਜ ਕਰਦੇ ਸੀ ਯਾਰ ਜਦੋਂ ਤੁਹਾਡਾ ਸੀਨ ਆਉਂਦਾ ਸੀ, ਹੁਣ ਆਡੀਅੰਸ ਕੀ ਫੀਲ ਕਰ ਰਹੀ? ਹਾਂਜੀ, ਈਵਨ ਮੈਨੂੰ, ਮੈਂ ਖੁਦ ਮੂਵੀ ਨਹੀਂ ਦੇਖੀ ਸੀ, ਮੈਂ ਸਿਰਫ ਡੱਬਿੰਗ 'ਚ ਆਪਣਾ ਪਾਰਟ ਦੇਖਿਆ ਸੀ। ਜਿਵੇਂ ਪਹਿਲਾਂ ਐਂਟਰੀ ਸੀਨ ਸੀਗਾ ਉਹਦੇ 'ਚ, ਮੈਂ ਜਸਟ ਥੋੜ੍ਹਾ ਜਿਹਾ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ, ਪਰ ਹੁਣ ਜਦੋਂ ਮੈਂ ਪੂਰਾ ਸੀਕੁਐਂਸ ਦੇਖਿਆ, ਪੂਰਾ ਸੀਨ ਦੇਖਿਆ, ਮੈਨੂੰ ਲੱਗਿਆ ਮੈਂ ਬਹੁਤ ਵਧੀਆ ਕੀਤਾ ਆ। ਅਤੇ ਮੈਂ ਸਭ ਨੂੰ ਦੇਖ ਰਹੀ ਸੀ ਜਦੋਂ ਮੈਨੂੰ ਖੁਦ ਹੱਸੀ ਆ ਰਹੀ ਸੀ ਕਿ ਆਹ ਹੱਸ ਰਹੇ, ਸਾਰੇ ਹੱਸ ਰਹੇ ਸੀ, ਸਾਰੇ ਹੂਟਿੰਗ ਕਰ ਰਹੇ ਸੀ। ਸੋ ਬਹੁਤ ਅੱਛੀ ਫੀਲ ਹੈ, ਬਹੁਤ ਫਨ ਕੀਤਾ ਹੋਣਾ ਤੁਸੀਂ ਸੈੱਟ 'ਤੇ? ਹਾਂਜੀ, ਕਿਉਂਕਿ ਜਿਵੇਂ ਸਾਰੇ ਸੀਨ ਫਨੀ ਸੀਗੇ, ਸੋ ਜਿਹੜੇ ਪਾਕਿਸਤਾਨੀ ਐਕਟਰ ਸੀਗੇ ਅਮਜਦ ਰਾਣਾ ਜੀ, ਵਿੱਕੀ ਕੌਡੂ ਜੀ, ਉਹਨਾਂ ਦਾ ਤਾਂ ਸਵਿੱਚ ਹੀ ਬੰਦ ਕਰਨਾ ਪੈਂਦਾ ਸੀ ਕਿ ਬਸ ਹੁਣ ਸੀਨ ਸ਼ੁਰੂ ਹੋ ਗਿਆ, ਆਪਾਂ ਕਰ ਲਈਏ। ਅਤੇ ਜਿਹੜਾ ਲਾਸਟ ਸੀਨ ਸੀਗਾ ਜਦੋਂ ਸਪੀਚ ਦਿੰਦੇ ਹੁੰਦੇ ਆ ਉੱਪਰ ਚੜ੍ਹ ਕੇ ਕਿ ਮੈਂ ਸਪੀਚ ਦਿੰਦਾ ਅਮਜਦ ਰਾਣਾ ਜੀ, ਉਦੋਂ ਬਹੁਤ ਜ਼ਿਆਦਾ ਠੰਡ ਸੀ ਅਤੇ ਅਸੀਂ ਫਿਰ ਵੀ ਫਨ 'ਚ ਮੂਵੀ ਕਰ ਲਈ। ਸੋ ਵਧੀਆ ਐਕਸਪੀਰੀਅੰਸ। ਫਿਲਮ ਵੇਖ ਲਈ? ਹਾਂਜੀ, ਫੈਮਿਲੀ ਨੇ ਦੇਖ ਲਈ ਫਿਲਮ। ਕੰਪਲੀਮੈਂਟ ਕੀ ਹੈ ਫਾਦਰ ਸਾਹਿਬ? ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ, ਅਤੇ ਮੈਨੂੰ ਆ ਕੇ ਮਿਲੇ ਸੀਗੇ, ਕਹਿੰਦੇ ਕਿ ਬਹੁਤ ਅੱਛੀ ਫਿਲਮ ਆ, ਕਿ ਵੀ ਆਰ ਹੈਪੀ, ਮਤਲਬ ਪ੍ਰਾਊਡ ਪੇਰੈਂਟਸ ਉਹ ਫੀਲ ਸੀ। ਥੈਂਕ ਯੂ ਸੋ ਮਚ। ਬਹੁਤ ਵਧੀਆ ਜੀ, ਬਹੁਤ ਸੋਹਣੀ ਮੂਵੀ ਸੀ, ਬਹੁਤ ਵਧੀਆ ਐਕਟਿੰਗ ਕੀਤੀ ਉਹਨਾਂ ਨੇ, ਬਹੁਤ ਮਤਲਬ ਉਸਮ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਇੱਕ ਵਾਰੀ ਜ਼ਰੂਰ ਜੀ। ਅਤੇ ਵਿੱਕੀ ਕੌਡੂ, ਅਸੀਂ ਪਹਿਲਾਂ ਵੀ ਦੇਖਦੇ ਹਾਂ, ਬਟ ਇਹ ਮੂਵੀ 'ਚ ਉਹਨਾਂ ਨੇ ਸੱਚੀ ਬਹੁਤ ਵਧੀਆ ਕੰਮ ਕੀਤਾ। ਇੱਕ ਗੱਲ ਜਿਹੜੀ ਸਪੈਸ਼ਲ ਕਹੂੰਗਾ, ਮੂਵੀ ਦੀ ਕੰਟੀਨਿਊਟੀ ਹੈ, ਸਰਟੇਨ ਡਾਇਲੋਗ, ਇੱਕ ਸੀਨ ਕੱਟ ਹੁੰਦਾ ਦੂਜੇ ਡਾਇਲੋਗ ਰਿਲੇਟ ਕਰਦਾ, ਉਹ ਬਹੁਤ ਵਧੀਆ ਲੱਗਿਆ, ਕੰਟੀਨਿਊਟੀ ਚੱਲਦੀ ਵੀ ਬੰਦਾ ਬੋਰ ਨਹੀਂ ਹੁੰਦਾ। ਅਤੇ ਓਵਰਆਲ ਸਟੋਰੀ ਕਾਫੀ ਵਧੀਆ ਹੈ, ਫਨੀ ਆ, ਤੁਹਾਨੂੰ ਗ੍ਰੈਸਪ ਕਰਕੇ ਰੱਖਦੇ ਆ, ਅਤੇ ਇੱਕ ਮੂਮੈਂਟ ਵੀ ਡੱਲ ਨਹੀਂ ਹੈਗਾ ਮੂਵੀ 'ਚ। ਅਤੇ ਓਵਰਆਲ ਜ਼ਰੂਰ ਦੇਖੋ ਜੋ ਵੀ ਆ ਰਿਹਾ। ਥੈਂਕ ਯੂ, ਬਹੁਤ ਵਧੀਆ ਸੀ ਵੀਰ, ਬਹੁਤ ਸਟੋਰੀ ਕੋਮੇਡੀ ਜਾ ਰਹਾ ਸੀ। ਹਾਂ, ਜਗਦੀਪ ਦੀ ਐਕਟਿੰਗ ਸ਼ੁਰੂ ਤੋਂ ਹੀ ਗੁੱਡ ਹੈ, ਬਹੁਤ ਬਹੁਤ ਚੰਗਾ ਹੈ।
5 ਵਿੱਚ ਬਹੁਤ ਸੋਹਣੀ ਮੂਵੀ ਹੈ ਵੀਰ ਜੀ ਤੇ ਬੈਸਟ ਚੀਜ਼ ਮੂਵੀ ਦੀ ਇਹ ਹੈ ਜੀ ਕਿ ਤੁਸੀਂ ਪੂਰੀ ਫੈਮਿਲੀ ਨਾਲ ਆ ਕੇ ਦੇਖ ਸਕਦੇ ਹੋ ਜੀ ਕੋਈ ਇਹਦੇ ਚੋਂ ਨਹੀਂ ਹੈਗਾ ਜੀ ਬਹੁਤ ਸੋਹਣੀ ਇਹਨੂੰ 5 ਚੋਂ ਜੀ 7 ਮਿਲਣਗੇ ਜੀ 7 ਜਾਏ ਵਧੀਆ ਜੀ ਵਧੀਆ ਵਧੀਆ ਸੀ ਸਿਰਾ ਲੱਗ ਗਿਆ ਸਿਰਾ ਨਿਆਰਾ ਆ ਗਿਆ ਮਤਲਬ ਜਿੱਕੀ ਸੰਧੂਰਾ ਲਈ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਜਗਜੀਤ ਸੰਧੂ ਲਈ ਬਹੁਤ ਮਤਲਬ ਉਹਨੂੰ ਪਹਿਲਾਂ ਹੀ ਭੋਲਾ ਕਹਿੰਦੇ ਹੁਣ ਹੀ ਭੋਲਾ ਭੋਲਾ ਕਰਕੇ ਬੁਲਾਉਂਦੇ ਆ ਬਹੁਤ ਬਹੁਤ ਘੈਂਟ ਆ ਬੰਦਾ ਹੀ ਵਧੀਆ ਚੰਗਾ ਬਹੁਤ ਵਧੀਆ ਨਿਆਰੇ ਆ ਬਸ ਘੈਂਟ ਸੋਚ ਸੋ ਦੇਣਾ ਚਾਹੁੰਦੇ ਆ ਬਹੁਤ ਵਧੀਆ ਜੀ ਬਹੁਤ ਕਮੇਡੀ ਬਹੁਤ ਵਧੀਆ ਸੀ ਹਾਂ ਬਹੁਤ ਅੱਛਾ ਪਾਕਿਸਤਾਨੀ ਕਲਾਕਾਰ ਤੁਹਾਨੂੰ ਵੇਖਣ ਨੂੰ ਮਿਲੇ ਉਹ ਕੋਲੈਬੋਰੇਸ਼ਨ ਕਿਹੋ ਜੀ ਲੱਗੀ ਆਪਾਂ ਨੂੰ ਬਹੁਤ ਬਹੁਤ ਵਧੀਆ ਲੱਗੀ ਜੀ ਇੱਕਦਮ ਫਿਲਮ ਜ਼ਬਰਦਸਤ ਸੀ ਇੰਜੋਏ ਹੈ ਮਤਲਬ ਕਾਫੀ ਇੰਜੋਏਬਲ ਸਾਰੇ ਸਟਾਰ ਹੀ ਹੈ ਜੀ 10 ਤੋਂ 10 ਹੈ ਜੀ ਬਿਲਕੁਲ ਜੀ ਫਿਲਮ ਬਹੁਤ ਵਧੀਆ ਜਗਜੀਤ ਸੰਧੂਰਾ ਲਈ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਕੋਲ ਤਾਂ ਸ਼ਬਦ ਨਹੀਂ ਉਹਨਾਂ ਦੀ ਐਕਟਿੰਗ ਬਾਰੇ ਕੀ ਬੋਲਾਂ ਬਹੁਤ ਵਧੀਆ ਐਕਟਿੰਗ ਹੈ ਅਤੇ ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕਰੀ ਹੈ ਅਤੇ ਮੈਂ ਸਾਰਿਆਂ ਨੂੰ ਕਹੂੰਗਾ ਫਿਲਮ ਜ਼ਰੂਰ ਦੇਖੋ ਫਿਲਮ ਬਹੁਤ ਜ਼ਬਰਦਸਤ ਹੈ ਆਪਣੇ ਜਗਜੀਤ ਸੰਧੂ ਜੀ ਨੇ ਫਿਦਾ ਗਿੱਲ ਅਤੇ ਰਾਣਾ ਜੰਗ ਬਹਾਦਰ ਜੀ ਨੇ ਐਕਟਿੰਗ ਇਹ ਵੱਟ ਕੱਢਤੇ ਇਹਦੇ 'ਚ ਫਿਲਮ 'ਚ ਇੰਨਾ ਹਾਸਾ ਕਿ ਮੇਰਾ ਤਾਂ ਢਿੱਡ ਦੁਖਣ ਲੱਗ ਗਿਆ ਬਾਕੀ ਦੇਖੋ ਲਾਈਫ 'ਚ ਬੰਦੇ ਦੇ ਇੰਨਾ ਸਟ੍ਰੈਸ ਹੁੰਦਾ ਫਿਲਮ ਇਸ ਤਰ੍ਹਾਂ ਦੀ ਬਣਨਾ ਚਾਹੀਦੀ ਹੈ ਦੇਖ ਕੇ ਬੰਦਾ ਸਟ੍ਰੈਸ ਫਰੀ ਹੋ ਜਾਂਦਾ ਇਹਨਾਂ 'ਚ ਇੰਨੇ ਕੁ ਸੀਨ ਹੈ 100-150 ਸੀਨ ਫਿਲਮ 'ਚ ਇੰਨੇ ਕੁ ਹਾਸੇ ਵਾਲੇ ਹੈ ਨਾ ਮਤਲਬ ਤੁਸੀਂ ਹੱਸੇ ਬਿਨਾਂ ਰਹਿ ਨਹੀਂ ਸਕਦੇ ਰਿਲੈਕਸਿੰਗ ਮੂਡ 'ਚ ਆਇਆ ਮੈਂ ਪੂਰਾ ਖੁਸ਼ ਹੋ ਕੇ ਚਿਹਰੇ 'ਚ ਸਮਾਈਲ ਆ ਕੇ ਅੱਜ ਕੱਲ੍ਹ ਚਿਹਰੇ 'ਚ ਸਮਾਈਲ ਆਉਣਾ ਬਹੁਤ ਔਖਾ ਟਾਸਕ ਹੈ ਅਤੇ ਫਿਲਮ ਚਿਹਰੇ 'ਚ ਸਮਾਈਲ ਲੈ ਕੇ ਆਉਂਦੀ ਹਰੇਕ ਪਬਲਿਕ ਦੇ ਵਧੀਆ ਵੀਰੇ ਮੂਵੀ ਯਾਰ ਮੈਂ ਤਾਂ ਚਾਹੁੰਦਾ ਸਭ ਨੂੰ ਦੇਖਣੀ ਚਾਹੀਦੀ ਹੈ ਮੂਵੀ ਯਾਰ ਮਤਲਬ ਇੰਨੀ ਐਂਟਰਟੇਨਮੈਂਟ ਮੂਵੀ ਹੈ ਨਾ ਕਿ ਮਤਲਬ ਤੁਹਾਡਾ ਢਿੱਡ ਦਰਦ ਹੋ ਜਾਏਗਾ ਦੇਖ ਦੇਖ ਕੇ ਡਿਫਰੈਂਟ ਕਨਸੈਪਟ ਹੈ ਮੂਵੀ ਤਾਂ ਤੁਸੀਂ ਦੱਸੋ ਕਿੰਨੇ ਦੇਰੀ ਅਸੀਂ ਤਾਂ ਪੂਰੇ ਸਟਾਰ ਦੇਵਾਂਗੇ ਅਸੀਂ ਤਾਂ 10 ਵਿੱਚੋਂ 10 ਸਟਾਰ ਦੇਵਾਂਗੇ ਹਾਂ ਬਹੁਤ ਵਧੀਆ ਦੇਖਣੀ ਚਾਹੀਦੀ ਹੈ ਸਾਰੇ ਆਓ ਥੀਏਟਰਾਂ 'ਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇੱਦਾਂ ਦੀ ਮੂਵੀ ਦੋਸਤੋ ਫਿਲਮ ਵੇਖ ਕੇ ਆਏ ਜੀ ਚੋਰ ਦਿਲ ਸੋਹਣਾ ਜਿਹਾ ਕਨਸੈਪਟ ਹੈਗਾ ਅਤੇ ਅੱਛੀ ਕਹਾਣੀ ਆ ਕੋਮੇਡੀ ਵੀ ਆ ਕਹਾਣੀ ਦੇ ਵਿੱਚ ਮੈਸੇਜ ਵੀ ਡਿਲੀਵਰ ਕਰ ਰਹੀ ਆ ਔਰ ਵੱਡੀ ਗੱਲ ਆ ਕਿ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਦੋਵੇਂ ਕਲਾਕਾਰਾਂ ਦਾ ਸੁਮੇਲ ਆ ਅਤੇ ਕੋਲੈਬੋਰੇਸ਼ਨ ਦੋਵਾਂ ਦੀ ਆ ਅਤੇ ਪੰਚ ਬਹੁਤ ਕਮਾਲ ਦੇ ਨੇਗੇ ਤੁਸੀਂ ਵੀ ਇਸ ਫਿਲਮ ਨੂੰ ਜ਼ਰੂਰ ਵੇਖੋ ਅਤੇ ਆਪਣੇ ਰਿਵਿਊ ਸਾਨੂੰ ਜ਼ਰੂਰ ਦਿਓ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਜਗਜੀਤ ਸੰਧੂ ਹੋਰਾਂ ਦਾ ਕਰੈਕਟਰ ਕਿਹੋ ਜਿਹਾ ਲੱਗਿਆ ਫਿਲਮ ਵਿਚਲੇ ਹੋਰ ਬਹੁਤ ਸਾਰੇ ਕਰੈਕਟਰ ਨੇ ਫਿਦਾ ਗਿੱਲ ਹੋਰੀ ਜਿਨ੍ਹਾਂ ਦੀ ਇੱਕ ਡੈਬਿਊ ਫਿਲਮ ਆ ਉਹਨਾਂ ਦਾ ਕਰੈਕਟਰ ਕਿਹੋ ਜਿਹਾ ਲੱਗਿਆ ਲਹਿੰਦੇ ਪੰਜਾਬ ਦੇ ਕਲਾਕਾਰ ਨੇ ਉਹਨਾਂ ਦਾ ਕਰੈਕਟਰ ਕਿਹੋ ਜਿਹਾ ਲੱਗਿਆ ਕਹਾਣੀ ਕਿਹੋ ਜਿਹੀ ਲੱਗੀ ਆਪਣੇ ਰਿਵਿਊ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ